ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ। ਅਤੇ ਇੱਥੇ ਤੁਸੀਂ ਦ੍ਰਿਸ਼ ਦੇਖ ਰਹੇ ਹੋ। ਇਸ ਦ੍ਰਿਸ਼ ਦੇ ਵਿੱਚ ਗੁਰਦੁਆਰਾ ਸ਼੍ਰੀ ਗੜੀ ਭੋਰਖਾ ਸਾਹਿਬ ਬਲਾਕ ਮਾਜੜੀ ਤੋਂ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਣ ਜਾ ਰਿਹਾ ਹੈ। ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸੋ ਆਓ ਦੇਖਦੇ ਹਾਂ ਅੱਗੇ। ਸੋ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਾਹਿਬ ਅੰਦਰ ਸੁਸ਼ੋਭਿਤ ਅਤੇ ਹੁਣੇ ਨਗਰ ਕੀਰਤਨ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋਣ ਲੱਗਾ ਹੈ। ਸੋ ਸਵੇਰ ਦੀਆਂ ਤਕਰੀਬਨ 11 ਵਜੇ ਦੀਆਂ ਇਹ ਤਸਵੀਰਾਂ ਅਤੇ ਨਾਲ ਨਾਲ ਸ਼ਬਦ ਕੀਰਤਨ ਦੇ ਲਈ ਤੁਸੀਂ ਦੇਖ ਸਕਦੇ ਹੋ। ਆਪ ਜੀ ਨੂੰ ਪਤਾ ਅੱਜ ਦਾ ਜਿਹੜਾ ਦਿਹਾੜਾ ਹੈ ਇਹਨੂੰ ਬੜਾ ਕਹਿਰ ਦਾ ਜਨ ਮੰਨਦੇ ਆ। ਮੇਰਾ ਕਹਿਣ ਦਾ ਮਤਲਬ ਇਸ ਕਹਿਰ ਦੇ ਦਿਨ ਨੂੰ ਮੁੱਖ ਰੱਖਦੇ ਆ। ਸਾਧਕਾਂ ਨੇ ਉਪਰਾਲਾ ਕੀਤਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸੰਗਤਾਂ ਨੂੰ ਇਸ ਵੇਲੇ ਲੰਗਰ ਕੀਰਤਨ ਦੀ ਤਿਆਰੀ ਹੋ ਚੁੱਕੀ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ ਮਾਣ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਹਿੱਸਾ ਲੈਣਾ। ਇਹ ਸੀਨ ਹੋਣਾ
ਜਦੋਂ ਸਾਹਿਬ ਜਾਂਦੇ ਦੁਨੀਆਂ 'ਚ ਖੜੇ ਹੋਣੇ ਆ ਤੇ ਜਲਾਦ ਤਲਵਾਰਾਂ ਲੈ ਕੇ ਖੜੇ ਆ ਜਿਹੜੇ ਸਾਡੇ ਉੱਪਰ ਹੀ ਕੁੱਟ ਮਾਰੇ ਆ ਤੇ ਆਪਣੇ ਨਿਗਾਹ ਮਾਰੋ ਕਿ ਕਿੰਨਾ ਬਚੇਤੇ ਆ ਦਸਵੇਂ ਪਾਤਸ਼ਾਹ ਕਿੰਨਾ ਬਚੇਤੇ ਆ ਆਪਣੇ ਮਾਮਾ ਗੁਜਰ ਕੌਰ ਕਿੰਨਾ ਬਚੇਤੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਯਾਦ ਨੂੰ ਸ਼ਹੀਦਾਂ ਦੀ ਯਾਦ ਨੂੰ ਚੇਤੇ ਕਰਦੇ ਆ ਤੇ ਬੇਨਤੀ ਆ ਸੰਗਤਾਂ ਨੂੰ ਬੰਦ ਕਰਕੇ ਆਓ ਮੈਂ ਬੇਨਤੀ ਕਰਾਂ ਵੀ ਅਰਦਾਸ ਕਰੋ ਨਗਰ ਕੀਰਤਨ ਕਰਦੇ ਵਾਲੇ ਬਾਬਾ ਗੁਰਦਾਸ ਜੀ ਨੂੰ ਬੇਨਤੀ ਕਰਦਾ ਹਾਂ ਦਰਸ਼ਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਤਾ ਜਕਾਰ ਬੋਲੋ ਜੀ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਸਿੱਖਾਂ ਦਾ ਮਾਨੀ ਮਾਮਾ ਸੁੱਚੀ ਮਾਤ ਪੱਤ ਦਾ ਰਾਖਾ ਆ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਕਰਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਜੀ ਤਿੰਨਾਂ ਦੇ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਡਿਉਟਿਆਂ ਦੀ ਹੋਸ ਨੇ ਆਸਰਿਆਂ ਦੇ ਆਸਰੇ ਮਿਹਰਬਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਸ਼ਿਵਰਾਜ ਨੰਦ ਗੋਜੂ ਬਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਨੂੰ ਪਾਵਨ ਚਰਨਾ ਕਮਲਾ ਬਾਸ ਅਰਦਾਸ ਬੇਨਤੀ ਚੌਧਰੀ ਜੀ ਸੂਰਾ ਸੋ ਪਹਿਚਾਨੀ ਜੁੜੜੇ ਦੀ ਖੇਤ ਉਰਜਾ ਪੁਰਜਾ ਖਤਮ ਰਹਿ ਸਮੁਨਾ ਛੱਡ ਖੇਤ ਸੁਹੀਤ ਸਿੰਘ ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਔਰ ਧਾਂਦਰ ਬਾਬਾ ਜੋਰਾਵਰ ਸਿੰਘ ਜੀ ਧਾਂਦਰ ਬਾਬਾ ਫਤਿਹ ਸਿੰਘ ਜੀ ਧਾਂਦਰ ਮਾਤਾ ਜੰਗਰੀ ਜੀ ਦੇ ਪਵਿੱਤਰ ਅਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸੰਤਾਂ ਵੱਲੋਂ ਉਦੋਂ ਉਪਰਾਲਾ ਕੀਤਾ ਗਿਆ ਉਸਨੂੰ ਨਗਰ ਕੀਰਤਨ ਸ੍ਰੀ ਨਾਲ ਮਿਲ ਕੇ ਪਾਤਸ਼ਾਹ ਜੀ ਆਦਿ ਦੀ ਕਿਰਪਾ ਦੀ ਦੁਆਰਾ ਨਗਰ ਕੀਰਤਨ ਸਜਾਏ ਜਾ ਰਹੇ ਨੇ ਐਸੇ ਪਾਤਸ਼ਾਹ ਆਦਿ ਦੇ ਸਰੂਪ ਦੋਵਤ ਕੀਤੇ ਗਏ ਨੇ ਪਾਤਸ਼ਾਹ ਜੀ ਪੰਥ ਪਿਆਰੇ ਸਾਹਿਬਾਨ ਸੰਤਾਂ ਪਾਤਸ਼ਾਹ ਜੀ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਪਿਤਾ ਜੀ ਕਿਰਪਾ ਕਰੋ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਆਪ ਜੀ ਅੰਗ ਸੰਗ ਵਰਤ ਕੇ ਆਪਣਾ ਨਾਮ ਪਾਵੋ ਅੰਗ ਸੰਗ ਵਰਤ ਕੇ ਆਪਣੀਆਂ ਸੇਵਾਵਾਂ ਆਪ ਨੂੰ ਪਾਤਸ਼ਾਹ ਜੀ ਆਪਣਾ ਮਿਹਰ ਪ੍ਰਿਆਪਤ ਰੱਖ ਕੇ ਕਿਰਪਾ ਕਰੋ ਪਾਤਸ਼ਾਹ ਜੀ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸ੍ਰੀ ਗੁਰੂ ਪਿਆਰੇ ਮੇਰੇ ਜਿਨ੍ਹਾਂ ਨੇ ਆਪ ਦਾ ਨਾਮ ਚੁੱਕਿਆ ਹੋਇਆ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆ ਗਿਆ ਭਈ ਅਕਾਲ ਕੀ ਕਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮੈ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਕਿਤ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ ਰਾਜ ਕਰੇਗਾ ਖਾਲਸਾ ਬਾਹਰੋਂ ਇਹ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਜੋ ਸ਼ਰਧਾ ਕਰ ਸਿਮੰਦੇ ਬੋਲੇ
يا